ਸੰਗਰੂਰ ਵਿਖੇ ਆਂਗਨਵਾੜੀ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਵਿੱਚ ਉਹ ਜੋ ਇਮਾਰਤਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹਨ ਉਹ ਕਿਰਾਏ ਦੀਆਂ ਇਮਾਰਤਾਂ ਹਨ ਅਤੇ ਉਹਨਾਂ ਨੂੰ ਕਈ ਵਾਰ ਸਰਕਾਰ ਵੱਲੋਂ ਕਿਰਾਇਆ ਸਮੇਂ ਸਿਰ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਉਹਨਾਂ ਨੂੰ ਵੱਡੀ ਪਰੇਸ਼ਾਨੀ ਆਉਂਦੀ ਹੈ। ਇਸ ਦੇ ਨਾਲ ਹੀ ਜੋ ਲਾਭਪਾਤਰੀਆਂ ਲਈ ਖਾਣਾ ਭੇਜਿਆ ਜਾਂਦਾ ਹੈ ਉਸ ਦੀ ਕੁਆਲਿਟੀ ਦੀ ਸੁਧਾਰ ਦੀ ਵੀ ਉਹਨਾਂ ਮੰਗ ਕੀਤੀ ਗਈ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਲਈ ਇਹਨਾਂ ਸੈਂਟਰਾਂ ਵਿੱਚ ਦੇਸੀ ਘਿਓ ਭੇਜਿਆ ਜਾਂਦਾ ਸੀ ਪਰ ਅੱਜ ਕੱਲ੍ਹ ਰਿਫਾਇੰਡ ਭੇਜਿਆ ਜਾਂਦਾ ਜੋ ਕਿ ਲਾਭਪਾਤਰੀਆਂ ਨੂੰ ਪਸੰਦ ਨਹੀਂ ਆਉਂਦਾ। ਰੱਦ ਕਰੋ, ਹਮ ਭਾਰਤ ਕੀ ਨਾਰੀ ਹੈ, ਜਾਮ ਸੇ ਟਕਰਾਏਗਾ, ਅਰੇ ਜਾਮ ਸੇ ਟਕਰਾਏਗਾ। ਆਂਗਨਵਾੜੀ ਮੁਲਾਜ਼ਮ ਪੰਜਾਬ ਸੀਟੂ ਦਾ 10 ਜੁਲਾਈ ਡਿਮਾਂਡ ਡੇ ਹੈ, ਜੋ ਪਿਛਲੇ 34 ਸਾਲਾਂ ਤੋਂ ਲਗਾਤਾਰ 10 ਜੁਲਾਈ ਨੂੰ ਫੈਡਰੇਸ਼ਨ ਵੱਲੋਂ ਡਿਮਾਂਡ ਡੇ ਦੇ ਰੂਪ 'ਚ ਪ੍ਰੋਟੈਸਟ ਕੀਤਾ ਜਾਂਦਾ ਹੈ। ਉਸੇ ਕੜੀ ਦੇ ਤਹਿਤ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪ੍ਰੋਟੈਸਟ ਡੇ ਕੀਤਾ ਗਿਆ। ਦੂਜਾ ਅੱਜ CITU ਦੀ ਵੀ ਇਹ ਕੌਲ ਸੀਗੀ ਕਿ ਜਿਹੜੇ 3 ਫੌਜਦਾਰੀ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਗਈ ਹੈ, ਜਿਹਦੇ ਲਈ ਆਮ ਜਨਤਾ ਦੇ ਉੱਪਰ ਬਹੁਤ ਹਮਲਾ ਹੋਣਾ, ਔਰ ਤਿੱਖਾ ਹੋਣਾ, ਪੁਲਿਸ ਦਾ ਹੋਰ ਜਿਹੜਾ ਰੋਲ ਆ ਬਹੁਤ ਘਟੀਆ ਦਰਜੇ ਵਾਲਾ ਹੋਣ ਵਾਲਾ, ਉਹਨਾਂ ਦੇ ਵਿੱਚ ਲਈ ਵੀ ਉਹਨਾਂ ਦੀ ਸੋਧ ਆ ਜਿਹੜੀ ਕੀਤੀ ਉਹ ਰੱਦ ਕਰਨ ਲਈ ਵੀ CITU ਵੱਲੋਂ ਵੀ ਮੰਗ ਪੱਤਰ ਦਿੱਤੇ ਗਏ। ਕਾਨੂੰਨ ਪਹਿਲਾਂ ਇਹ ਸੀਗਾ ਕਿ ਜੇਕਰ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਕਰਦਾ ਹੈ ਤਾਂ 24 ਘੰਟਿਆਂ ਦੇ ਅੰਦਰ ਮੈਜਿਸਟ੍ਰੇਟ ਦੇ ਅੰਦਰ ਪੇਸ਼ ਕੀਤਾ ਜਾਣਾ ਲਾਜ਼ਮੀ ਸੀ, ਪਰ ਜਿਹੜੀ ਹੁਣ ਕਾਨੂੰਨ 'ਚ ਸੋਧ ਕੀਤੀ ਹੈ ਉਹ 'ਚ ਹੌਲਦਾਰ ਵੀ 15 ਦਿਨ 20 ਦਿਨ ਬੰਦੇ ਨੂੰ ਆਪਣੀ ਕਸਟਡੀ 'ਚ ਰੱਖ ਸਕਦਾ, ਉਹ ਪਾਬੰਦ ਨਹੀਂ ਹੈ ਕੋਰਟ 'ਚ ਪੇਸ਼ ਕਰ। ਜਿਹੜਾ ਕਾਨੂੰਨ ਹੈ ਪਹਿਲਾਂ ਇਹ ਸੀਗਾ ਕਿ ਜੇਕਰ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਕਰਦਾ ਹੈ ਤਾਂ 24 ਘੰਟਿਆਂ ਦੇ ਅੰਦਰ ਮੈਜਿਸਟ੍ਰੇਟ ਦੇ ਅੰਦਰ ਪੇਸ਼ ਕੀਤਾ ਜਾਣਾ ਲਾਜ਼ਮੀ ਸੀ, ਪਰ ਜਿਹੜੀ ਹੁਣ ਕਾਨੂੰਨ 'ਚ ਸੋਧ ਕੀਤੀ ਹੈ ਉਹ 'ਚ ਹੌਲਦਾਰ ਵੀ 15 ਦਿਨ 20 ਦਿਨ ਬੰਦੇ ਨੂੰ ਆਪਣੀ ਕਸਟਡੀ 'ਚ ਰੱਖ ਸਕਦਾ, ਉਹ ਪਾਬੰਦ ਨਹੀਂ ਹੈ ਕੋਰਟ 'ਚ ਪੇਸ਼ ਕਰੇ। ਇਹ ਸਭ ਤੋਂ ਵੱਡਾ ਜਿਹੜਾ ਔਰ ਖਾਸ ਕਰਕੇ ਪੰਜਾਬ 'ਚ ਇਹਦਾ ਸਭ ਤੋਂ ਵੱਧ ਨੁਕਸਾਨ ਹੋਣਾ, ਕਿਉਂਕਿ ਕਾਲਾ ਦੌਰ ਪੰਜਾਬ ਦੇ ਲੋਕਾਂ ਨੇ ਦੇਖਿਆ ਔਰ ਪੰਜਾਬ ਦੇ ਝੂਠੇ ਮੁਕਾਬਲੇ ਦੌਰਾਨ ਪੁਲਿਸ ਨੇ ਕੀ ਕੀਤਾ ਸਾਰੀ ਦੁਨੀਆ ਜਾਣਦੀ ਹੈ। ਧਰਨਾ ਹੈ ਕਿ ਸਾਡਾ ਜਿਹੜਾ ਫੌਜ ਦਾ ਧਰਨੇ ਦੇ ਵਿੱਚ ਨਾ ਜਿਹੜਾ ਆਇਆ ਜਿਹੜੀ ਉਹ ਧਾਰਾ 144 ਨੂੰ ਤੋੜ ਕੇ 187 ਬਣਾਈ ਹੈ ਕਿ ਜੇਕਰ ਅਸੀਂ ਬਿਨਾਂ ਇਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਪੁੱਛੇ ਤੋਂ ਇੱਥੇ ਇਹਨੂੰ ਬਿਨਾਂ ਲਿਖਤੀ ਆਰਡਰ ਤੋਂ ਕਰਾਂਗੇ ਤਾਂ ਸਾਡੇ 'ਤੇ ਪਰਚਾ ਕਰਨਗੇ, ਨੁਕਸਾਨ ਹੋਣ 'ਤੇ ਸਾਡੇ ਲੀਡਰ 'ਤੇ ਹੈ ਜਿਹੜੀ ਉਹ ਸਭ ਕੁਛ ਹੈ ਜਿਹੜੀ ਇਹਦੀ ਪ੍ਰੋਪਰਟੀ ਜ਼ਬਤ ਕਰਕੇ ਨੁਕਸਾਨ ਭਰਨਗੇ। ਇਹ ਧਾਰਾ 144 ਕਿੰਨੀ ਪੁਰਾਣੀ ਚੱਲਦੀ ਆ ਰਹੀ ਸੀ, ਉਹਦੇ ਵਿੱਚ ਸੋਧ ਕਰਨ ਦੀ ਕਿੱਡੀ ਕਲੋੜ ਪੈ ਗਈ ਸੀ ਕਿ ਉਹ ਦੇਸ਼ ਅੱਜ ਤੱਕ ਸਕਸ਼ਮ ਨਹੀਂ ਸੀ, ਦੇਸ਼ ਨੂੰ ਇੰਨੇ ਸਾਲ ਹੋ ਗਏ ਚੱਲਦੇ ਹੋਏ। ਜਿਹੜੇ ਅਸੀਂ ਜੇ ਅੱਜ ਦੇ ਧਰਨੇ ਦੀ ਗੱਲ ਕਰੀਏ, ਅੱਜ ਤਾਂ ਅਸੀਂ ਸਾਡਾ ਜਿਹੜਾ ਇਕੱਠ ਹੈ ਉਹ ਸਾਡੀ ਉਨੀ ਮਜ਼ਬੂਤੀ ਨਾਲ ਨਹੀਂ ਹੈਗਾ, ਪਰ ਫਿਰ ਵੀ ਸਾਡੀ ਜਿਹੜੀ ਗਿਣਤੀ ਹੈ ਬਹੁਤ ਸੋਹਣੀ ਹੈ। ਪਰ ਜਿਹੜਾ ਇਹ ਸਾਡੀਆਂ ਮੰਗਾਂ ਨੇ, ਇਸ ਤੋਂ ਬਾਅਦ ਜੇਕਰ ਸਾਡੀਆਂ ਮੰਗਾਂ ਬਾਰੇ ਨਹੀਂ ਸੁਣਿਆ ਜਾਂਦਾ ਤਾਂ ਅਸੀਂ ਜਿੰਨੇ ਅਸੀਂ ਅੱਜ ਮੈਂਬਰ ਹੈ ਤਾਂ ਚੌਗਣੀ ਦੁੱਗਣੀ ਦੇ ਵਿੱਚ ਦੁਬਾਰਾ ਫਿਰ ਤਿਆਰੀ ਕਰਕੇ ਆਵਾਂਗੇ। ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਅੱਜ ਦੱਸ ਹੀ ਦਿੱਤੀਆਂ ਸਾਰੀਆਂ, ਤਾਂ ਇਸ ਸੰਬੰਧ 'ਚ ਅਸੀਂ ਧਰਨਾ ਜਿਹੜਾ ਲਾਇਆ। ਜਿਵੇਂ ਸਾਡੀਆਂ ਮੰਗਾਂ ਨੇ, ਮੇਨ ਸਾਡੀ ਸਭ ਤੋਂ ਵੱਡੀ ਮੰਗ ਹੈ ਜਿਹੜੀ 3 ਤੋਂ 6 ਸਾਲ ਦੇ ਬੱਚੇ ਹੈ, ਜਿਹੜੇ ਸਾਡੇ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰ ਨੇ ਕਿ ਵਲੰਟੀਅਰ ਤੁਹਾਡੇ ਆਂਗਨਵਾੜੀ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਆਉਣਗੇ। 2017 ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਸਾਡੇ ਕੋਲ ਅਵੇਲੇਬਲ ਹੈ, ਜਿਹਦੇ ਉੱਤੇ ਕੋਈ ਵੀ ਪਾਲਣਾ ਨਹੀਂ ਕੀਤੀ ਗਈ, ਪਰ ਸਾਡੇ ਜਿਹੜੇ ਬੱਚੇ ਨੇ ਉਹ ਈ ਪੈਟਰੋਲ 'ਤੇ ਚੜ੍ਹਾ ਕੇ ਸਾਰੇ ਬੱਚੇ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਭੇਜੇ ਗਏ, ਸਾਡੇ ਆਂਗਨਵਾੜੀ ਸੈਂਟਰ ਨੇ ਜਿਹੜੇ ਉਹ ਖਾਲੀ ਕਰਤੇ। ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ, ਸਭ ਤੋਂ ਸਾਡੀ ਮੇਨ ਮੰਗ ਇਹ ਹੈ। ਦੂਸਰੀ ਮੰਗ ਜਿਹੜੀ ਸਾਡੀ ਫੀਡ ਹੈ, ਜਿਹੜੀ ਸਾਡੀ ਪੁਰਾਣੀ ਸਾਡੀ ਫੀਡ ਆ ਰਹੀ ਸੀਗੀ, ਸਾਨੂੰ ਉਹ
ਉਹੀ ਫੀਡ ਦੀ ਜ਼ਰੂਰਤ ਹੈ। ਜਿਹੜੀ ਸਾਡੀ ਹੁਣ ਨਵੀਂ ਫੀਡ ਆ ਰਹੀ ਉਹਦੇ ਵਿੱਚ ਜਿਹੜਾ ਪਹਿਲਾਂ ਪੰਜੀਰੀ ਆਉਂਦੀ ਸੀ ਉਹਦੇ ਵਿੱਚ ਸਾਡੇ ਜਿਹੜੇ ਦੇਸੀ ਘਿਓ ਦੇ ਨਾਲ ਸੀਗੀ, ਤਾਂ ਹੁਣ ਜਿਹੜੀ ਰਿਫਾਇੰਡ ਆਇਲ ਦੇ ਨਾਲ ਹੈ ਜਿਹੜੀ ਸਾਡੇ ਜਦੋਂ ਅਸੀਂ ਲਾਭਪਾਤਰੀਆਂ ਨੂੰ ਦਿੰਦੇ ਹਾਂ ਤਾਂ ਉਹਨਾਂ ਵੱਲੋਂ ਵੀ ਪਸੰਦ ਨਹੀਂ ਕੀਤੀ ਜਾਂਦੀ। ਦੂਜੀ ਸਾਡੀ ਮੇਨ ਸਮੱਸਿਆ ਇਹ ਹੈ। ਤੀਸਰੀ ਸਾਡੀ ਜਿਹੜੀ ਸਮੱਸਿਆ ਹੈਗੀ ਸਾਡੀ ਰੈਂਟਾਂ ਦੀ ਸਮੱਸਿਆ ਹੈ। ਜਿਹੜੀਆਂ ਸਾਡੀਆਂ ਅਸੀਂ ਬਿਲਡਿੰਗਾਂ ਦਾ ਸਾਡਾ ਕੋਈ ਸਰਕਾਰ ਨੇ ਪ੍ਰਬੰਧ ਨਹੀਂ ਕਰਕੇ ਦਿੱਤਾ ਹੋਇਆ। ਅਸੀਂ ਜਿੱਥੇ ਆਂਗਨਵਾੜੀ ਸੈਂਟਰ ਲਾਉਂਦੇ ਹਾਂ ਸਾਡੀਆਂ ਕਿਰਾਏ ਦੀਆਂ ਬਿਲਡਿੰਗਾਂ ਨੇ, ਉਹਨਾਂ ਦਾ ਜਿਹੜਾ ਕਿਰਾਇਆ ਸਾਨੂੰ ਡੇਢ ਡੇਢ ਦੋ ਦੋ ਸਾਲ ਨਹੀਂ ਦਿੱਤਾ ਜਾਂਦਾ, ਉਹਦੇ ਵੱਲੋਂ ਮਕਾਨ ਮਾਲਕ ਵੱਲੋਂ ਸਾਨੂੰ ਜਿਹੜਾ ਸਾਡਾ ਸਮਾਨ ਚੁੱਕ ਕੇ ਬਾਹਰ ਸਿੱਟਿਆ ਜਾਂਦਾ, ਤਾਂ ਉਹਦੇ ਲਈ ਸਾਡੀ ਕੋਈ ਡਿਪਾਰਟਮੈਂਟ ਵੱਲੋਂ ਸੁਣਵਾਈ ਨਹੀਂ ਕੀਤੀ ਜਾਂਦੀ। ਇੱਕ ਸਾਡੀ ਮੇਨ ਇਹ ਮੁੱਖ ਮੰਗ ਹੈ।